ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੋਰੋਨਾ ਸੰਕਟ ਦੇ ਦੌਰਾਨ ਆਰਥਿਕਤਾ ਨੂੰ ਹੌਲੀ ਹੌਲੀ ਮੁੜ ਲੀਹ ਤੇ ਲਿਆਉਣ ਦੀ ਕੋਸ਼ਿਸ਼ਾਂ ਤੇਜ਼ ਹੋ ਚੁੱਕੇ ਨੇ ਅਜਿਹੀ ਸਥਿਤੀ ਵਿੱਚ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ ਅੱਜ 80 ਦਿਨਾਂ ਬਾਅਦ ਦੇਸ਼ ਵਿੱਚ ਤੇਲ ਦੀ ਕੀਮਤ ਦੇ ਅੰਦਰ ਵਾਧਾ ਕੀਤਾ ਗਿਆ ਰਾਜਧਾਨੀ ਦਿੱਲੀ ਸਮੇਤ ਪੂਰੇ ਦੇਸ਼ ਦੇ ਅੰਦਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 60 ਪੈਸੇ ਪ੍ਰਤੀ ਲੀਟਰ महंगाई कर दी गई है। देश की राजधानी समेत महानगरों में अज पेट्रोल डीजल की कीमत 52 पैसे तो 60 पैसे महंगिया हो जाएगी। राजधानी दिल्ली में नवी कीमत तो बाद पेट्रोल वध के हुण 71 रुपये 86 पैसे प्रति लीटर हो गया है तो डीजल की कीमत 69 रुपये 99 पैसे प्रति लीटर हो गई है। इंडियन ऑयल कारपोरेशन की उम्मीद है कि आर्थिक गतिविधियां की शुरुआत तो बाद हुण तेल की विक्री में सुधार होगा। पिछले कई हफ्तों तो कोरोना वायरस को रोकने लगाए गए लॉकडाउन कारण पेट्रोल और डीजल की विक्री में भारी गिरावट आई थी। हुण सरकार ने अनलॉक 1 के तहत पाबंदियां अंदर ढिल दे दी है। ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਬਣੇ ਰਹੋ aajnewswala.com ਦੇ ਨਾਲ। ਸਰਦਾਰ ਗੁਰਜੀਤ ਸਿੰਘ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, सोतन जा दुश्मन तो छुटकारा, हर समस्या दा घर बैठे समाधान करवाओ। सरदार गुरजीत सिंह, अज ही फोन करो